ਕੇ ਜਿਹੜੇ ਨੇ ਫਰਾਈ ਹੋ ਗਏ ਨਾ ਅੱਛੇ ਤਰੀਕੇ ਨਾਲ ਮਸਾਲਾ ਵੀ ਫਰਾਈ ਹੋ ਗਿਆ ਪਾਰਸੀ ਜਿਹੜੀ ਨਾ ਅੱਛੇ ਤਰੀਕੇ ਨਾਲ कैसे हैं आप सब। उम्मीद करती हूँ खैरियत से होंगे। अल्हम्दुलिल्लाह मैं भी खैरियत से हूँ। आप लोग जहाँ भी रहे खुश रहे आबाद रहे हंसते मुस्कुराते रहे। जो मेरे बहना भाई देश प्रदेश से देख रहे हैं अल्लाह पाक उन्होंने खुश रखे आबाद रखे ऐसा मुस्कुराते रखे। इसी ने एक दुआ के साथ आज का व्लॉग करती हूँ शुरू। तो अजय अस दाने बना रहे हैं बच्चा पार्टी जी बेच आए हाथ तो मारी जाते खेडी जाते हैं। तो उन्होंने मैं क्या भी रोड़ा रोड चुगो थोड़े थोड़े मिट्टी तो डेले जे है मैं चुगो थोड़ी हेल्प कराओ दाने बना लेने बच्चे ला के सब्जी बड़ी सी पखा हाथ लाया ठंडे हो गए ने। ਹੁਣ ਉਹ ਜਿਹੜਾ ਬਣਾ ਕੇ ਅੰਦਰ ਰੱਖ ਦਿੱਤੇ ਨੇ ਦਾਣੇ ਤੇ ਉਹ ਆ ਕੇ ਮੀਆਂ ਜੀ ਵਿਆਹਣਗੇ ਕਿਤੇ ਸੱਟ ਕੇ ਆਉਣਗੇ। ਤੇ ਮੈਂ ਹੁਣ ਝਾੜੂ ਲਾ ਲਵਾਂ ਬੱਚੇ ਨੂੰ ਜਿਹੜੇ ਹੁਣ ਬਿਸਤਰੇ 'ਚ ਪੈ ਗਏ ਨੇ ਅੰਦਰ। ਮੈਂ ਝਾੜੂ ਜਦੋਂ ਲਾ ਕੇ ਤੇ ਸ਼ਾਮ ਦੇ ਰੂਟੀਨ ਸ਼ੇਅਰ ਕਰਨੀ ਪੈਣਾ ਪਾ ਲਵਾਂ। ਬੱਚਾ ਪਾਠ ਕੀ ਕਰ ਰਹੇ ਜੀ? ਰਹੇ ਜੀ ਜੀ ਮੈਂ ਘਰ ਲੱਗਿਆ ਹਨ ਪੰਜੇ ਅਤੇ ਪੰਜੇ ਹਨ ਧੋ ਧੋ ਕੇ ਅਤੇ ਫਿਰ ਜਿਹੜਾ ਨਾ ਇੱਥੇ ਗਰਮ ਪਾਣੀ 'ਚ ਬਣਾਉਣੇ ਆ ਸਾਫ਼ ਕਰਨੇ ਆ ਅਤੇ ਫਿਰ ਜਾਣਾ ਪੈਣਾ ਨੂੰ ਵੇਖਣੀ ਪੂਰੀ ਵੀਡੀਓ ਕਿ ਕਿਸ ਤਰ੍ਹਾਂ ਪਕਾਏ ਨੇ ਕਿਸ ਤਰ੍ਹਾਂ ਪਕਾਏ ਨੇ ਯਾਰ ਮੈਂ ਦੋ ਕੇ ਲਿਆਉਣੀ ਹੈ ਇਹਨਾਂ ਨੂੰ।
ਧੋਪ ਮੈਂ ਰੱਖ ਲਿਆ ਨਹੀਂ ਤੇ ਸਾਰਾ ਕੁਝ ਜਿਹੜਾ ਜਿਹੜਾ ਚਾਹੀਦਾ ਸੀ ਮੈਨੂੰ ਸਮਾਨ ਸਾਰਾ ਮੈਂ ਕੋਲ ਰੱਖ ਲਿਆ ਦੋਨੇ ਇਹਨਾਂ ਨੂੰ ਲਾਣੇ ਗਰਮ ਪਾਣੀ ਨਾਲ ਸਾਫਣੇ ਇਹਨਾਂ ਦੇ ਛਿਲਕੇ ਤਾਰਨੇ ਪਾਣੀ ਮਿਲਿਆ ਕੇ ਰੱਖ ਲਿਆ ਕੋਲ ਹੁਣ ਬਾਲਣੇ ਅੱਗ ਡੱਬੀਆਂ ਜਿਹੜੀਆਂ ਨਾ ਬੜੀਆਂ ਹਿਲੀਆਂ ਹੋ ਜਾਂਦੀਆਂ ਠੰਡ ਨਾਲ ਪਾਣੀ ਤਰਾ ਦਿੱਤਾ ਇਹਨੇ ਗਰਮ ਹੁੰਦਿਆਂ ਤੀਕਰ ਜਿਹੜਾ ਨਾ ਪੰਜੇ ਗਰਮ ਹੋਣਗੇ ਤਾਂ ਪਾਣੀ ਗਰਮ ਹੋਏਗਾ ਤਾਂ ਸਾਰੀ ਪੰਜੇ ਬਣਾਵਾਂਗੇ ਗਰਮ ਹੋ ਗਿਆ ਉਹਨੇ ਬਣਾਉਣੇ ਡੋਬ ਕੇ ਪਿੰਜ ਕਰਕੇ ਗਰਮ ਪਾਣੀ ਇਹਦੇ ਨਾਲ ਸਾਫ ਕਰਾਂਗੇ ਅਜੇ ਪਾਣੀ ਥੋੜਾ ਗਰਮ ਹੋਇਆ ਦੇਖੋ ਜੀ ਲੈ ਰਿਹਾ ਨਾ ਵੇਖੋ ਇਸ ਤਰ੍ਹਾਂ ਸਾਫ ਹੋ ਗਿਆ ਨੇ ਤੇ ਇਹਨਾਂ ਨੂੰ ਜਿਹੜਾ ਨਾ ਸਾਫ ਸਾਰਿਆਂ ਨੂੰ ਕਰਕੇ ਫਿਰ ਇਹਨਾਂ ਦੇ ਨਹੀਂ ਕੱਟਾਂਗੇ ਨਾ ਹੁਣ ਜਿਹੜੇ ਨਾ ਕੱਟ ਕੇ ਫਿਰ ਛੋਟੇ ਛੋਟੇ ਪਕਾ ਕੇ ਫਿਰ ਇਹਨਾਂ ਨੂੰ ਪਕਾਵਾਂਗੇ ਪਾਣੀ ਉਬਲਣ ਲੱਗ ਪਿਆ ਜੀ ਹੁਣ ਪੰਜਿਆਂ ਦੇ ਛਿਲਕੇ ਤਾਰਤੇ ਨੇ ਆਵੇ ਇਸ ਤਰ੍ਹਾਂ ਛਿਲਕੇ ਲਾ ਕੇ ਤਿਆਰ ਸਾਫ ਘਰ 'ਚ ਰੱਖੇ ਨੇ ਹੁਣ ਇਹਨਾਂ ਦੇ ਨਾਖੁਨ ਕੱਟਣੇ ਨੀ ਲਾ ਦਿੱਤੇ ਨੇ ਇਹਦੇ ਨਾਖੁਨ ਜਿਹੜੇ ਸਨ ਜੇ ਛਿਲ ਕੇ ਰੱਖ ਦਿੱਤੇ ਨੇ ਪੱਲੇ ਜਿਹੜੇ ਨੇ ਤੇ ਇਹਨਾਂ ਨੂੰ ਗੰਢੇ ਗੁੰਢੇ ਬਣਾ ਕੇ ਤੇ ਫਿਰ ਸਾਰੀਆਂ ਚੀਜ਼ਾਂ ਧੋ ਕੇ ਫਿਰ ਪਕਾਵਾਂਗੇ ਉਹਨੇ ਜਿਹੜੇ ਮੈਂ ਇਹਨੂੰ ਕੱਢ ਕੇ ਰੱਖ ਦਿੰਦੀ ਹਾਂ ਤੇ ਮੈਂ ਬਣਾ ਲਵਾਂ ਗਰਮ ਮਸਾਲਾ ਜੇ ਥੂਮ ਤੇਰੀਆਂ ਮਿਰਚਾਂ ਤੇ ਅਦਰਕ ਬਣਾ ਲਈ ਹੁਣ ਗੰਢਾ ਬਣਾ ਲੈਣਾ ਗੰਢਾ ਬਣਾ ਕੇ ਤੇ ਫਿਰ ਜਿਹੜਾ ਧੋ ਕੇ ਪਕਾਉਣੇ ਬਾਲਣੇ ਅੱਗ ਪਕਾਉਣਾ ਸ਼ੁਰੂ ਕਰਨਾ ਜਾਣ ਆਪ ਪਿੱਛੇ ਪਾ ਲਿਆ ਪਾਣੇ ਜੀ ਗਿਓ ਬਾਲਣੇ ਗੰਢੇ ਮਸਾਲਾ ਧੋਤ ਲੈਣਾ ਥੋੜ੍ਹੇ ਆਰਾਮ ਮਸਾਲਾ ਧੋਤ ਲੈਣਾ
ਸਾਰੇ ਮਸਾਲੇ ਦੇ ਵਿੱਚ ਜੀਰਾ ਮਸਾਲਾ ਵੀ ਪਾ ਦਿੰਦੇ ਕੁੱਟ ਕੇ ਤਾਂ ਕਿ ਜ਼ਾਇਕਾ ਬਣੇ। ਹਾਂ ਕਾਲੀਆਂ ਮਿਰਚਾਂ ਅਤੇ ਦਾਲਚੀਨੀ ਅਤੇ ਜੀਰਾ ਇਹ ਕੁੱਟ ਕੇ ਪਾਉਣੇ ਤੜਕੇ ਵਿੱਚ, ਖੁਸ਼ਬੂ ਵੀ ਆਏਗੀ ਅਤੇ ਜ਼ਾਇਕਾ ਵੀ ਬਣੇਗਾ। ਮੰਡੇ ਖਾਈ ਹੋ ਗਏ ਨੇ ਅਤੇ ਹੁਣ ਪਾਉਣੇ ਆ ਮਸਾਲਾ ਕੁੱਟਿਆ ਹੋਇਆ। ਹਰਾ ਮਸਾਲਾ ਜੀ, ਮਸਾਲਾ ਫਰਾਈ ਹੋ ਗਿਆ ਹਰਾ ਅਤੇ ਗੰਢੇ, ਹੁਣ ਪਾਉਣੇ ਜੀ ਲਾਲ ਮਿਰਚਾਂ। ਲਾਲ ਮਿਰਚਾਂ ਦੀ ਇੱਕ ਚਮਚ, ਅੱਧਾ ਚਮਚ ਹਲਦੀ ਦਾ, ਅੱਧਾ ਚਮਚ ਨਮਕ ਲਾਉਣੇ ਭੁੰਨ ਕੇ ਅਤੇ ਫਿਰ ਜਿਹੜਾ ਪਾਉਣਾ ਵਿੱਚ ਪੰਜੇ ਮਸਾਲਾ ਜੀ ਪੁੱਜ ਗਿਆ, ਹੁਣ ਪਾਉਣੇ ਪੰਜੇ। ਕਿੰਨਾ ਪਿਆਰਾ ਪੁੱਜ ਗਿਆ, ਹੁਣ ਪਾਉਣੇ ਪੰਜੇ। ਪੰਜੇ ਜਿਹੜੇ ਨੇ ਫਰਾਈ ਹੋ ਗਏ ਨਾ ਅੱਛੇ ਤਰੀਕੇ ਨਾਲ, ਮਸਾਲਾ ਵੀ ਫਰਾਈ ਹੋ ਗਿਆ, ਤਾਰਸੀ ਜਿਹੜੀ ਨਾ ਅੱਛੇ ਤਰੀਕੇ ਨਾਲ ਫਰਾਈ ਹੋ ਗਈ। ਹੁਣ ਇਹਨੂੰ ਪਾਉਣੇ ਪਾਣੀ, ਪਾਣੀ ਪਾ ਦਿੰਦੇ ਹਾਂ ਅਤੇ ਲਾਉਣੇ ਢੱਕਣ ਤਾਂ ਕਿ ਪੱਕ ਫਰਾਈ ਹੋ ਗਿਆ। ਲਾਉਣੇ ਢੱਕਣ ਲਾ ਦਿੰਦੇ ਅਤੇ ਆਟਾ ਗੁੰਨੇ, ਆਟਾ ਗੁੰਨ ਕੇ ਨਾਲ ਰੋਟੀਆਂ ਬਣਾਉਣੇ। ਇਹਨੇ ਪੱਕਣਾ ਤਿੱਕਰ ਜੇ ਆਮ ਕੰਬਲ ਹੋ ਗਿਆ ਤਾਂ ਫਿਰ ਵੇਖਾਂਗੇ। ਅਤੇ ਮੈਂ ਤੁਹਾਨੂੰ ਨਾਲੇ ਤੋਰੀ ਦੂਰੀ ਅਤੇ ਡੱਬੇ ਵਗੈਰਾ ਰੱਖਿਆ ਵਾ ਅਤੇ ਨਾਲੇ ਆਟਾ ਲੈ ਕੇ ਆ ਗਈ ਆਟਾ ਗੁੰਨਣ। ਡੱਬੇ ਰੱਖ ਆਈਆਂ ਅਤੇ ਆਟਾ ਲੈ ਕੇ ਜਾ ਰਹੀਆਂ ਅਤੇ ਜਾ ਰਹੇ ਹਾਂ ਰੋਟੀਆਂ ਦੀ ਤਿਆਰੀ ਕਰੀਆਂ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਹੁਣ ਮੇਰੇ ਭੈਣਾਂ ਭਾਈਆਂ ਨੇ ਖਾਣਾ ਹੈ ਅਤੇ ਆ ਜਾਓ, ਮੈਨੂੰ ਪਾਣੀ ਹੈ ਅਤੇ ਆ ਕੇ ਖਾ ਲਓ ਰੋਟੀ। ਮਸਾਲਾ ਜੀ ਪੰਜੇ ਜਿਹੜੇ ਨੇ ਅੱਛੇ ਤਰੀਕੇ ਨਾਲ ਗਲ ਗਏ ਨੇ, ਆ ਵੇਖੋ ਅਲੱਗ ਹੋ ਗਏ ਰੱਡੀਆਂ ਨਾਲੋਂ। ਅਤੇ ਜਿਸ ਮੇਰੇ ਭੈਣ ਭਾਈ ਨੇ ਰੋਟੀ ਖਾਣੀ ਹੈ ਅਤੇ ਆ ਕੇ ਖਾ ਲਓ ਸਾਡੇ ਨਾਲ। ਸਾਡੀ ਵੀਡੀਓ ਅੱਛੀ ਲੱਗੇ ਤਾਂ ਸਬਸਕ੍ਰਾਈਬ ਕਰੇ, ਲਾਈਕ ਕਰੇ, ਸ਼ੇਅਰ ਕਰੇ, ਪਿਆਰਾ ਕਮੈਂਟ ਕਰੇ। ਅੱਲਾ ਹਾਫਿਜ਼।